ਮਨਪ੍ਰੀਤ ਕਿਹਾ ਗਿਆ ਹੋਣੀ ਚਬਰ ਚਬਰ ਤੋਂ ਉਹਦੇ ਅੱਗੇ ਬੋਲੀ ਜਾਂਦੀ ਆ। ਸ਼ਰਮ ਕਰ ਲੈ ਮਾੜੀ ਮੋਟੀ, ਵੱਡਾ ਹੈ ਤੇਰੇ ਤੋਂ। ਤੁਸੀਂ ਕੀ ਸੁਣ ਲਿਆ ਮੇਰਾ? ਮੈਂ ਤਾਂ ਹਜੇ ਤੱਕ ਕੁਝ ਬੋਲੀ ਨਹੀਂ ਵੀਰੇ ਨੂੰ, ਐਵੇਂ ਹੀ ਲੱਗ ਪਿਆ ਤੁਸੀਂ ਵਿਆਹ ਕੇ ਕੀਤਾ ਚਾਚੇ ਚੱਕਣਗੇ ਤਾਂ ਹੀ ਆ। ਹੈਲੋ, ਹਾਂ ਬਾਈ ਮਨਪ੍ਰੀਤ। ਵੀਰੇ ਕਿੱਥੇ ਹੋ ਤੁਸੀਂ? ਖੇਤ ਆ, ਹੋਰ ਕਿੱਥੇ ਹੋਣਾ ਸੀ ਤੁਸੀਂ? ਰਾਮਾ ਨਾ ਤਾਂ ਹੋਰ ਕੀ ਕਰਾਂ, ਮਸਾ ਮਸਾ ਤਾਂ ਵਾਹਿਗੁਰੂ ਨੇ ਮੇਰੀ ਨੂੰਹ ਦੀ ਸੁਣੀ ਸੀ, ਉਹ ਵੀ ਏਦਾਂ ਹੋ ਗਈ। ਲੈ ਸਿੰਦਰੇ, ਤੇਰੀ ਤਾਂ ਰੱਬ ਨੇ ਅੱਜ ਸੁਣੀ ਹੈ। ਇਹੀ ਤਰਨਾਟ ਖੇਤ ਇੱਕ ਥਾਪੜ ਦਾ ਸੀ ਨਾ ਉਹਦੇ, ਕਿ ਤੇਰੇ ਪੁੱਤ ਨੂੰ ਰਿਸ਼ਤਾ ਨਹੀਂ ਹੋਣ ਦਿੰਦਾ। ਰੱਬ ਨੇ ਛੇਤੀ ਸੁਣ ਲਿਆ, ਦੇਹਲੀ ਤੇਰੀ ਵੀ ਨਹੀਂ ਵਧਣ ਦਿੰਦੀ। ਜੇ ਅੱਜ ਨਿੱਕਾ ਘਰੇ ਹੁੰਦਾ ਨਾ ਤਾਂ ਸਾਨੂੰ ਮਾਂ ਪੁੱਤਾਂ ਨੂੰ ਦੁੱਗਣਾ ਚਾਅ ਚੜ੍ਹਦਾ। ਚੱਲ ਕੋਈ ਨਹੀਂ, ਹੁਣ ਤਾਂ ਖੁਸ਼ਖਬਰੀ ਮੈਂ ਫੋਨ 'ਤੇ ਦੱਸ ਦੂੰਗੀ। ਲੈ, ਅੱਜ ਤਾਂ ਕਰਮ ਵਾਲਾ ਦਿਨ ਚੜ੍ਹਿਆ ਹੈਗਾ। ਅੱਜ ਪਹਿਲੀ ਬਰਬਾਦੀ ਦੀ ਇੱਟ ਉਹਨਾਂ ਦੇ ਘਰ ਧਰ ਕੇ ਆਉਣੀ ਆ। ਦੇਖੀ ਫਿਰ ਇਸ ਇੱਟ ਨਾਲ ਕੰਧਾਂ ਉਸਰ ਜਾਣਗੀਆਂ। ਜਿਹੜੀ ਕੁਲਦੀਪ ਕਹਿੰਦੀ ਸੀ ਨਾ, ਮੇਰਾ ਟੱਬਰ ਮੇਰਾ ਟੱਬਰ, ਲੈ ਹੁਣ ਤਾਂ ਇਹਨਾਂ ਦਾ ਟੱਬਰ ਪਾਟਿਆ ਹੀ। ਲੈ ਚੱਲ, ਅੱਜ ਜਿਹੜਾ ਧਰਨਾਟ ਕਹਿੰਦਾ ਸੀ ਨਾ, ਮੇਰਾ ਭਾਈ ਮੇਰਾ ਭਾਈ, ਹੁਣ ਤਾਂ ਇਹਨਾਂ ਦਾ ਇੱਟ ਕੁੱਤੇ ਵਾਲਾ ਬੈਰ ਜੇ ਮੈਂ ਨਾ ਪਵਾਇਆ ਤਾਂ ਮੈਨੂੰ ਸ਼ਿੰਦਰ ਕਿਹਨੇ ਕਹਿਣਾ। ਤਾਈ। ਹਾਂ ਭਾਬੀ, ਆ ਜਾ ਆ ਜਾ। ਕਿੱਧਰ ਗਈ ਭਾਈ ਤਾਈ? ਤਾਈ ਤਾਂ ਉੱਥੇ ਤਾਰੀ ਨਾਲ ਜਾ ਰਹੀ ਹੈ ਦਵਾਈ ਲੈਣ, ਬਸ ਬਲੱਡ ਜਾ ਘਟਾਈ ਬੈਠੀ ਤੀ, ਜ਼ਿਆਦਾ ਰੋਈ ਜਾਂਦੀ ਤੀ। ਲੈ ਬਲੱਡ ਤਾਂ ਘਟਣੀ ਹੈ ਤਰਨਾਟ, ਹੋਰ ਕੀ ਹੈ? ਅਤੇ ਭੈਣ ਕਿੱਥੇ ਆ? ਹੁਣੇ ਸੁੱਤੀ ਆ, ਉਹ ਰੋਈ ਜਾਂਦੀ ਤੀ ਸਾਰੀ ਰਾਤ ਦੀ, ਦਵਾਈ ਦਿੱਤੀ ਆ, ਹੁਣ ਉਹਦੇ ਨਸ਼ੇ 'ਚ ਸੁੱਤੀ ਆ। ਬਾਹਲੀ ਦੁੱਖ ਲੱਗਿਆ ਸੁਣ ਕੇ ਵੀ ਮਸੀ ਪਈਆਂ ਤਾਂ ਬਾਅਦ ਰੱਬ ਨੇ ਸੁਣੀ ਸੀ। ਆ ਕੀ ਹੋ ਗਿਆ, ਕੁਛ ਪਤਾ ਨਹੀਂ ਲੱਗਿਆ ਐਵੇਂ ਕਿਵੇਂ ਡਿੱਗੀ, ਕੀ ਹੋ ਗਿਆ? ਪਤਾ ਨਹੀਂ ਲੱਗਿਆ, ਮਨਪ੍ਰੀਤ ਨੇ ਚੱਕੀ ਆ ਰਸੋਈ ਦੇ ਬਾਹਰ ਕੇ ਡਿੱਗੀ ਪਈ ਤੀ, ਮੁੱਦੇ ਮੂੰਹ ਡਿੱਗੀ। ਬਸ ਅਸੀਂ ਉੱਥੇ ਹਸਪਤਾਲ 'ਚ ਲੈ ਗਏ, ਉੱਥੇ ਜਾ ਕੇ ਡਾਕਟਰ ਕਹਿੰਦੇ ਬੱਚਾ ਤਾਂ। ਕੋਈ ਨਾ ਤਰਨਾਟ, ਹੌਸਲਾ ਰੱਖ, ਚੱਲ ਪ੍ਰੀਤ ਠੀਕ ਹੈ, ਹਜੇ ਹੀ ਰੱਬ ਦਾ ਸ਼ੁਕਰ ਮਨਾ। ਚੱਲ ਜਿੰਨੇ ਕੁ ਉਹਦੇ ਲਿਖੇ ਸੀ ਜੀ ਦੇ। ਬਸ ਇਹ ਸਿਆਸਰੀ ਭਾਬੀ ਜੋਈ ਜਾਂਦੇ ਹਾਂ ਵੀ ਚੱਲ ਪ੍ਰੀਤ ਠੀਕ ਆ, ਬੱਚਾ ਜਨੀ ਜੇ ਕਦੇ ਫੇਰ ਸਹੀ ਜਿੱਦੇ ਪਰਮਾਤਮਾ ਨੇ ਚਾਹਿਆ। ਚਲੋ ਰੱਬ ਨੂੰ ਹਜੇ ਨਹੀਂ ਮਨਜ਼ੂਰ ਸੀ, ਆਹੀ ਕਹਿ ਸਕਦੇ ਹਾਂ, ਹੋਰ ਕੀ ਕਹਿ ਸਕਦੇ ਹਾਂ। ਚੱਲ ਤੂੰ ਹੌਸਲਾ ਰੱਖ, ਜੇ ਤੂੰ ਹੀ ਐਂ ਕਰਨ ਲੱਗ ਗਿਆ ਤਾਂ ਫਰੀਦ ਦਾ ਕੀ ਬਣੂ, ਉਹਦੇ 'ਤੇ ਕੀ ਬੀਤਦੀ ਹੈ ਇਹ ਸੋਚ ਤੂੰ। ਉਹਨੂੰ ਹੌਸਲਾ ਦੇ, ਉਹਦਾ ਖਿਆਲ ਰੱਖੀ ਤਾਂ ਜੋ ਛੇਤੀ ਠੀਕ ਹੋ ਜਾਏ। ਹੌਸਲਾ ਤਾਂ ਹੈਗੀ ਆ ਭਾਬੀ, ਪਰ ਕਰੀਏ ਕੀ, ਇਕੱਲੇ ਇਕੱਲੇ ਦਾ ਰੋਣਾ ਹੁੰਦਾ, ਉਹਨਾਂ ਸਾਹਮਣੇ ਤਾਂ ਮੈਂ ਰੋਂਦਾ ਵੀ ਨਹੀਂ ਹੈਗਾ। ਜਦੋਂ ਇਕੱਲਾ ਹੁਣ ਤਾਂ ਸਾਲਾ ਉਹ ਟਾਈਮ ਵੀ ਯਾਦ ਕਰਕੇ ਹੌਲ ਪੈਂਦੇ ਨੇ ਅੰਦਰ। ਵੇ ਹੌਲ ਤਾਂ ਪੈਣੇ ਹੀ ਆ, ਜਦੋਂ ਮੈਨੂੰ ਪਤਾ ਲੱਗਿਆ ਸੀ ਵੀ ਪ੍ਰੀਤ ਮਾਂ ਬਣਨ ਵਾਲੀ ਆ, ਬਲਾਈ ਖੁਸ਼ੀ ਹੋਈ ਜਣੋ ਦੀ ਵੀ ਇੰਨੇ ਟਾਈਮ ਬਾਅਦ ਰੱਬ ਨੇ ਸੁਣੀ ਹੈ। ਪਰ ਰੱਬ ਅੱਗੇ ਕਿਹਦਾ ਜ਼ੋਰ ਚੱਲਦਾ? ਨਹੀਂ ਸਹੀ ਗੱਲ ਆ ਭਾਬੀ, ਇੰਨੀਆਂ ਖੁਸ਼ੀਆਂ ਆ ਗਈਆਂ ਤੀਆਂ ਸਾਡੇ ਘਰ, ਸਾਰਾ ਟੱਬਰ ਨੱਚਦਾ ਫਿਰਦਾ ਹੁੰਦਾ ਸੀ, ਪਰ ਰੱਬ ਨੂੰ ਇਹ ਮਨਜ਼ੂਰ ਸੀ। ਚੱਲ ਚੁੱਪ ਕਰ, ਦੇਖ ਮੇਰੀ ਗੱਲ ਸੁਣ, ਪਹਿਲਾਂ ਤਾਈ ਬਿਮਾਰ ਹੋ ਰਹੀ ਹੈ, ਤੂੰ ਵੀ ਐਂ ਰੋ ਰੋ ਕੇ ਬਿਮਾਰ ਹੋ ਜਾਏਗਾ, ਚੁੱਪ ਕਰ। ਚੱਲ ਜਦੋਂ ਮੈਂ ਫੇਰ ਗੇੜਾ ਮਾਰ ਜੂ, ਜਦੋਂ ਉੱਠ ਖੜੀ ਹੁਣ ਸੁੱਤੀ ਪਈ ਹੈ, ਜਿੱਠ ਆਇਆ ਤਾਂ ਫੇਰ ਉਹੀ ਗੱਲ ਮਨ 'ਚ ਗੱਲਾਂ। ਤਾਂ ਠੀਕ ਨਾ, ਜੇ ਕਹਿਣੀ ਮੈਂ ਠਾਲ ਦਿੰਦਾ। ਨਹੀਂ ਨਹੀਂ ਕੋਈ ਨਾ, ਉਹਨੂੰ ਆਰਾਮ ਕਰਨ ਦੇ, ਅਤੇ ਮੇਰੀ ਗੱਲ ਸੁਣ, ਉਹਦਾ ਖਿਆਲ ਰੱਖਿਆ ਕਰ, ਇਸ ਟਾਈਮ ਸਭ ਤੋਂ ਵੱਧ ਉਹਨੂੰ ਤੇਰੀ ਲੋੜ ਹੈ, ਠੀਕ ਹੈ? ਚੰਗਾ ਭਾਬੀ। ਚੱਲ ਠੀਕ ਹੈ। ਮੈਂ ਕਿਹੜਾ ਤੇਰਾ ਭੁੰਨ ਕੇ ਬੀਜਤਾ ਹੋ ਰੱਬਾ। ਲੈ ਧੀਏ, ਕਿਉਂ ਆਏ ਰੋਈ ਜਾਂਦੀ ਹੈ, ਸਿਆਣੀ ਬਣ, ਨਾਲੇ ਮੇਰੀ ਗੱਲ ਸੁਣ, ਹੁਣ ਰੋਏ ਤੋਂ ਕੀ ਬਣਦਾ, ਜਿਹੜਾ ਕੁਛ ਹੋਣਾ ਸੀ ਉਹ ਤਾਂ ਹੋ ਗਿਆ, ਕਮਲੀ ਨਾ ਬਣ, ਬਸ ਚੁੱਪ ਕਰ ਜਾ, ਐਵੇਂ ਅੱਖਾਂ ਗਾੜ ਲੇਂਗੀ ਆਪਦੀਆਂ, ਮੰਨੀ ਦੀ ਹੁੰਦੀ ਹੈ ਗੱਲ। ਚਾਚੀ ਰੋਵਾਂ ਨਾ ਤਾਂ ਹੋਰ ਕੀ ਕਰਾਂ, ਨਾਲੇ ਮੇਰੇ ਪੱਲੇ ਤਾਂ ਹੁਣ ਰੋਣਾ ਹੀ ਰਹਿ ਗਿਆ, ਮੈਂ ਤਾਂ ਅਜੇ ਤੱਕ ਕਦੇ ਕਿਸੇ ਦਾ ਮਾੜਾ ਵੀ ਨਹੀਂ ਕੀਤਾ, ਪਤਾ ਨਹੀਂ ਰੱਬ ਕਿਹੜੇ ਬਦਲੇ ਲਈ ਜਾਂਦਾ ਮੇਰੇ ਤੋਂ। ਤੈਂ ਤਾਂ ਧੀਏ ਕਦੇ ਨਹੀਂ ਕਿਸੇ ਦਾ ਮਾੜਾ ਕੀਤਾ, ਪਰ ਅਗਲਾ ਤੇਰਾ ਤਾਂ ਕਰ ਗਿਆ, ਮੈਨੂੰ ਐਂ ਦੱਸ, ਤਾਂ ਟੁੱਕ ਦੀ ਬੁਰਕੀ ਖਾਧੀ ਹੈ ਕਿ ਨਹੀਂ? ਨਹੀਂ ਚਾਚੀ, ਭੁੱਖ ਨਹੀਂ ਹੈਗੀ ਮੈਨੂੰ। ਲੈ
भुख क्यों नहीं? मैं मनप्रीत नूं कहनी है रोटी पा के लिया खा ला पर। चाची मनप्रीत तो है नहीं घरे, वो तो कॉलेज गई है। लै हुण जमे ही शर्म नहीं भी तेरा घरे की हाल होया पे ते कॉलेजां च तुरी फिरती हैगी। चाची उहदा पेपर सी बेचारी दा अज। ती मेरी गल सुन, चाहे कुछ भी होवे हुण आए थोड़ी छड के जाना चाहीदा। नाल एक गल होर मैनू आए दस, तू भला डिगी किवें? चाची रसोई दे बाहर अगे तेल डुलिया पिया सी ते उत्थों पैर तलस गया। ती एक गल कहां तेनू, आए तो कहीं ना भी चाची चुगली करती है। पुत मेरा तो बाला ढिड मचद तेरे ते, उन्ना तो मैनू आपदी धी का मोह नहीं आता पुत जिन्ना तेरा आ। देखती है एक गल कहनी है मैं तेनू, ना जिदे तू डिगी है उदे भला घर कौन कौन सी? तू तो मनप्रीत ही सी, तीजा बंदा तो कोई नहीं सी। पुत चुगली ना समझी, पर तेरे वाली भैन तेरे ते जमा नहीं राजी, ये उसे दी कार शतानी है। पक्का उसे ने तेल डोलिया, नाले उहदा की गया? हाँ पुत वो तेरे वाली भैन तेरे ते जमा नहीं राजी, हाँ जवाक तो हाथ तो तू ही धो बैठी ना। पर चाची मनप्रीत ऐवें किवें कर सकदी आ? लै तू तो पुत भोली है, कर क्यों नहीं सकती? ये सारा कुछ करया तो रहा उसे दा ना। मैनू आए दस वो तेरे मूहरे बोलती नहीं? बोलती है ना। ते नाले ओ तेनू देख किन्ना कहिंदी है भी मैं तो इस घर चौना नहीं सी चाहुंदी। वो सारियां खोबां कढ़दी है पुत, देख ला इन्ने चिर बाद मसा सुनी सी रब ने ता तेरी। तू की सोचदी है धीए? मैनू तो लगता अखां बंद करके लाया तीर टिकाणे ते लग गया शिंदरे। ले आ जा, की हो गया? कौड़ जा देख दिया ना? कौड़ ना देखा तो होर की देखा, मैं कदों दी आके बैठी हूँ, पूरे 15 मिनट हो गए। नाले तुहानू मैं पहला फोन लाता सीगा भी मैं आन लगी हूँ। फिर मैं कड़ा करे बेला थी, वो स्टेट च रेह कटवाई जांदा थी, उत्थों भज के आया। और तू दस, तू तो कहिंदी मैं 5 बजे आऊं, हुण नाले पहली आ गई। जदों मेरा पेपर हो गया सी फिर मैं बैठ के की करना सी, मैं तुर आई आपदा। नवेड़ा ही पेपर? हाँ। किवें दा होया? ठीक होया बस। मूह लमका के जो कही जन्या ठीक होया बस, वो पढ़ी तो सारी रात गई ना, मैनू पैन देता ना आप पई, लिख के भी आई है कुछ ना। हाँ मैं पढ़ी गई सारी रात, आंदा भी मैनू सारा पेपर सी। हाँ। बस जो ही पेपर च बैठी मैनू तो दीदी दी टेंशन जी होगी, मेरा तो कुछ भी लिखन नू दिल नहीं किया, माड़ा मोटा जा लिखिया मैं तो फड़ाया आंदा पेपर। आ की गल बनी यार, वो घर दी प्रॉब्लम अलग ने, तेरी पढ़ाई अलग है, हुण पेपर ही खराब करी सारा। आए तो करके आई हाँ। चल तुसी ये छड्डो, दीदी ठीक सी हुण? बस ठीक ही है, तैनू पती है चुप चुप बैठी रहिंदी, ना बोले किसी ना, ना बुलावे। मैं 2-3 बारी बुलाया ना मेरे ना बोली, पानी तां नहीं पुछया तां नहीं बोली, बारे आ जांदी है मुड़ जांदी है कमरे च बड़ जांदी है बस। आही टेंशन तां मैनू लगी पई सी। चलो तुसी घरे चलो। चल आ जा बह जा, आटे ते खड़े की करने आ, बह जा बह जा। पेपर तां तां चज ना दे के आउणा सी। कर लिया करो, डक्का तोड़ लिया करो, तड़की निकल जाना। ਪਰਜਾਈ ਸਾਰੇ ਕੰਮ ਤਾਂ ਕਰਦਾ, ਹੋਰ ਕੰਮ ਨੂੰ ਹੁਣ ਮੈਂ ਵਿਹੜੇ 'ਚ ਟੋਆ ਪੱਟਦਾ। ਉਹ ਮੇਰੀ ਗੱਲ ਸੁਣੋ, ਓਏ ਤਰਨਾ ਆਟਾ ਇਹਦੀ ਲੰਬਾ ਲੈ ਕੇ। ਹਾਂ ਕਿਉਂ ਸਮਾਨ ਚੱਕਿਆ ਤੁਸੀਂ ਉਹਨਾਂ ਦਾ? ਮੈਂ ਕੀ ਸਮਾਨ ਚੱਕਿਆ, ਮੈਂ ਇਹੋ ਜਿਹੇ ਕੰਮ ਦੀ ਧਾਰ ਨਹੀਂ ਮਾਰਦਾ। ਨਾ ਉਹ ਤਾਂ ਕਹਿੰਦੇ ਚੋਰੀ ਕਰ ਲਈ, ਹੁਣ ਆਹੀ ਕੰਮ ਰਹਿ ਗਿਆ ਸੀ ਤੈਨੂੰ ਹੈ? ਮੈਂ ਕੀ ਚੋਰੀ ਕਰੀ ਹੈ ਪਰਜਾਈ, ਤੈਨੂੰ ਮੈਂ ਇਹੋ ਜਿਹਾ ਲੱਗਦਾ ਚੋਰੀਆਂ ਚਪਟਿਆਂ ਵਾਲਾ? ਹੋਰ ਅਗਲਾ ਬੌਲਾ ਯਾਰ ਜਿਹੜਾ ਲੰਬਾ ਦੇਖ ਗਿਆ, ਮੇਰੀ ਗੱਲ ਸੁਣ ਲੈ। ਹਲੇ ਤਾਂ ਤੈਨੂੰ ਮੈਂ ਸਮਝਾ ਨਾ, ਜੇ ਬਾਪੂ ਨੂੰ ਇਹ ਗੱਲ ਬਾਰੇ ਪਤਾ ਲੱਗ ਗਿਆ ਨਾ, ਤੈਨੂੰ ਪਤਾ ਉਹਦਾ ਸੁਭਾਅ ਕਿੰਨਾ ਤੇਜ਼ ਹੈ। ਓ ਯਾਰ ਕਿਦੇ ਨਹੀਂ ਪਤਾ ਵੇ, ਕਾਨੂੰ ਨਹੀਂ ਪਤਾ ਲੱਗਦਾ, ਸਾਰੇ ਪਿੰਡ 'ਚ ਗੱਲ ਉੱਡ ਗਈ, ਹਜੇ ਕਹਿੰਦਾ ਪਤਾ ਨਹੀਂ ਲੱਗਦਾ। ਉਹ ਤਾਂ ਸ਼ੁਕਰ ਕਰ ਬਾਪੂ ਘਰੇ ਨਹੀਂ ਹੈਗਾ, ਨਹੀਂ ਤੇਰੀਆਂ ਲੱਤਾਂ ਤੋੜ ਦੇਣੀਆਂ ਸੀ ਬਾਪੂ ਨੇ। ਉਹ ਚੰਗਾ ਮੇਰੀ ਦਾਦੀ ਮਾਂ ਨਹੀਂ ਜਾਂਦਾ ਹੈਗਾ, ਨਾਲੇ ਮੈਂ ਕਾਹਨੂੰ ਚੋਰੀ ਕਰੀ ਤੀਗੀ, ਉਹ ਮੇਰਾ ਤਾਂ ਊਈ ਨਾ ਲੱਗ ਗਿਆ, ਮੈਂ ਤਾਂ ਊ ਗਿਆ ਤੀ ਉਹਨੂੰ ਲੈਣ। ਬੇ ਬੇਸ਼ੱਕ ਤੂੰ ਨਾਲ ਗਿਆ ਸੀਗਾ, ਨਾ ਤਾਂ ਲੱਗ ਗਿਆ ਨਾ, ਉਹ ਕਹਿੰਦੇ ਨਹੀਂ ਹੁੰਦੇ ਆਟੇ ਨਾਲ ਪਲੇਥਨ ਲੱਗ ਜਾਂਦਾ ਹੁੰਦਾ।
तू नाल दस की करन गया सीगा। पता की है भाभी, ये लोकां दीआं गल्लां ने तुसीं ना यकीन करिया करो, उही गल्लां बना बना कही जांदे ने, मचदे ने लोक मेरे ते। ओए ओ मेरी गल सुनो ओए, ओ तेरा 22000 रुपया पिछले महीने कॉलेज च भरिया थी, इक दिन गए, इन्ना सोहना पढ़िया करदा तू, जिद्दे ना मलंगा नार वाले देखी नाले बूथा देखी तेरा किवें दा हो रहा, पहला ना कित्थे रह गया तू ओ बिल्ला। मैनूं लोक वी पुछदे ने वी तेरे भाई नूं की हो गया, की नशे करन लग गया। नाले इक होर, जे कॉलेज नहीं आंदा मेरे नाल खेती च हत्थ बटा लिया करा, मैं कला औखा हुन्ना, मसां कणक बीजी है। नशे मैं भाई की नशे करने ने यार, मैं तां उही बस सोचा फिकरां नी, मैनूं तां सकाता यार सोचा। बे अज नहीं करदा, जिहे जिहे नशेड़ियां नाल रहना ना, कल नूं लग जाएगा जे तेरे आही लक्षण रहे। परजाई नहीं लगदा, नहीं लगदा आ बन्ने हत्थ, मैं हुण रलदे ही नहीं। मेरी गल सुन लै, जे मैनूं निक्के ना फस गए ना, तेरियां लत्तां तोड़ के लियाऊंगा बापू दा, जदों तैनूं कुछ कहूगा कहूगा। नहीं भाई, लास्ट वारी कहना तैनूं मैं। यार मेरे यार, तुस तां उही देखी दोन्ने लग गए, चारे पैर चक के पै गए, जिवें मैं पता नहीं किहड़ा। चारे पैर चक्कण वाली गल नहीं ओए, सत्त अगले सबूत चक्की फिर देने, कैमरे च आया चोरी करदा। अरे पिंड च थू थू हुई पई है, नाले वीडियो च आ रहे तू, केन जा तू ही फड़ान लग रहे उहनूं। ओ कानू भाई, ओ तां मैनूं कहिंदा ऐ करके, कहिंदा केन दे च कहिंदा पाणी लिआउणा पर के तां चकदे। चल हुण मैं तां कुछ कही जावां, मेरे तां सच्चियां वी झूठियां होणगीआं। आप ने हाथ अगे तो मैं उहदे नाल रलदे ही नहीं, मेरी आखरी ते पहली गलती दी ऐ, कुत्ता हूं जिहड़ा मुड़ के गलती करूं बस। बे तां तू 100 वारी कहता यार, होर दस। चल इक मौका तैनूं होर दिंदे आं, ठीक है, समझ जा। चंगा, हुण खड़ा हो के नहा लै, आ बूथा सवार लै, किवें खराब कीता मूंह आंदा। ल्या देनी आ, नाले जिहड़ा तेरा नवे सिम चलदा ऐ, नंबर चेंज कर दे इहनूं, नहीं फिर फोन करी जाणगे उह। नंबर ना चेंज करी। क्यों एवें मत्था मारी जांदे हो, मैं कदों दी कही जांदी आ तुहानूं। यार इहदे विच मत्था मारन वाली की गल है, सब्जी तूं नहीं खांदी, दाल तूं नहीं खांदी, फिर चटनी नाल खा ली रोटी। नहीं खानी मैं। मैं छित्तर लाऊंगा मखनी पा के, क्यों जब तू पाया तेनूं ना देखी फिर तू किन्नी सवाल लगूगी। लै आ वी आ गई, आपी कुट्टी जांदा भाई। ਤੇਰੀ ਭਾਬੀ ਵਾਸਤੇ ਚਟਨੀ ਕੁੱਟਦਾ ਯਾਰ, ਦਾਲ ਇਹ ਨਹੀਂ ਖਾਂਦੀ, ਸਬਜ਼ੀ ਇਹ ਨਹੀਂ ਖਾਂਦੀ, ਮੈਂ ਚਟਨੀ ਨਾਲੇ ਖਾ ਲਏ ਕਿਤੇ। ਕਹਿੰਦਾ ਮੰਨੇ ਇਹ, ਹੁਣ ਕਹਿੰਦੀ ਖੇਚਲਾ ਕਿਉਂ ਕਰੀ ਜਾਂਦਾ। ਕਿਵੇਂ ਹੋ ਦੀਦੀ, ਕੀ ਹੋ ਗਿਆ ਦੀਦੀ, ਤੁਸੀਂ ਬੋਲੇ ਹੀ ਨਹੀਂ। ਬੋਲ ਪੈ ਹੁਣ, ਪਤਾ ਹੀ ਹੈ ਤੈਨੂੰ, ਤੈਨੂੰ ਕਿਹੜਾ ਨਹੀਂ ਪਤਾ। ਕੀ ਹੋਇਆ ਦੀਦੀ, ਤੁਸੀਂ ਐਂ ਕਾਹਤੋਂ ਬੋਲੀ ਜਾਂਦੇ ਹੋ। ਬਾਈ ਭਾਬੀ, ਮਾਂ ਕਿੱਥੇ ਹੈ, ਮਾਂ ਨਹੀਂ ਦਿਖਦੀ। ਉਹ ਤਾਂ ਭੂਆ ਲਵੇ ਜਾ ਰਹੀ ਹੈ, ਭੂਆ ਕਹਿੰਦੀ 2 ਦਿਨ ਆ ਜਾ, ਬਿਮਾਰ ਹਾਂ ਕਹਿੰਦੀ ਮੈਂ। ਫਿਰ ਮਹਾਂ ਜਾ ਆ, ਫਿਰ ਹੋਰ ਕਦੋਂ ਜਾਵੇਂਗੀ। ਫਿਰ ਸਾਨੂੰ ਦੱਸਿਆ ਵੀ ਨਹੀਂ ਹੈਗਾ ਕਦੋਂ ਵਾਗੀ ਉਹ। ਉਹ ਗੱਲ ਵਾਲੀ ਦੇ ਵਿੱਚ ਦੱਸਣ ਵਾਲੀ ਕੀ ਗੱਲ ਹੈ, ਪਹਿਲਾਂ ਛੋਟੇ ਭਾਈ ਬਿਮਾਰ ਹੈ, ਭੂਆ ਤਾਂ ਵਾਗੀ ਉਹ। ਚੱਲ ਕੋਈ ਨਹੀਂ ਦੀਦੀ, ਤੁਸੀਂ ਰੋਟੀ ਖਾ ਲਈ ਸੀ। ਕਿੱਥੇ ਖਾ ਲਈ ਮਨਪ੍ਰੀਤ, ਖਾਂਦੀ ਹੈ ਨਹੀਂ ਰੋਟੀ, ਤਾਂ ਮਹਾਂ ਚਟਨੀ ਤਾਂ ਹੀ ਤਾਂ ਰਗੜਦਾ, ਮਹਾਂ ਜੇ ਚਰਚਰੇ ਜੇ ਨਾਲ ਖਾ ਲਏ ਮੱਖਣੀ ਮੁਖਣੀ ਪਾ ਕੇ। ਅੱਛਾ ਬਾਈ, ਖਾਧੀ ਨਹੀਂ ਦੀਦੀ ਰੋਟੀ ਤੁਸੀਂ। ਚੱਲ ਕੋਈ ਨਹੀਂ, ਮੈਂ ਨਾ ਹੁਣੇ ਚੌਲ ਬਣਾ ਲੈਂਦੀ ਹਾਂ ਨੂੰ ਨਾਲੇ, ਨਾਲੇ ਤੁਹਾਨੂੰ ਪਸੰਦ ਆ ਨਾ, ਉਹ ਖਾ ਲਿਓ। ਰਹਿਣ ਦੇ ਤੂੰ ਮਨਪ੍ਰੀਤ, ਮੇਰੀ ਇੰਨੀ ਫਿਕਰ ਕਰਨ ਦੀ ਨਾ ਲੋੜ ਨਹੀਂ ਹੈਗੀ, ਨਾਲੇ ਮੇਰੇ ਕਿਹੜਾ ਹੱਥ ਟੁੱਟੇ ਨੇ, ਮਾਂ ਪੇ ਚੱਕ ਕੇ ਖਾ ਲੂੰ। ਨਾਲੇ ਆ ਦਿਖਾਵਾ ਜਾ ਨਾ, ਕਰਿਆ ਨਾ ਕਰ ਮੇਰੇ ਕੋਲ, ਸਾਰਾ ਪਤਾ ਮੈਨੂੰ ਕੌਣ ਮੇਰਾ ਕਿੰਨਾ ਕਰਦਾ। ਦੀਦੀ ਇਹ ਕੀ ਬੋਲੀ ਜਾਂਦੇ ਹੋ ਤੁਸੀਂ, ਹੋਇਆ ਕੀ, ਮੈਨੂੰ ਗੱਲ ਤਾਂ ਦੱਸ ਦਿਓ। ਦੇਖ ਕਰ ਦਿੱਤਾ ਹੈ ਜਿਵੇਂ ਇਹਨੂੰ ਕੁਛ ਪਤਾ ਹੀ ਨਹੀਂ, ਮੇਰੀ ਸਭ ਤੋਂ ਵੱਡੀ ਖੁਸ਼ੀ ਹੋ ਕੇ ਹੁਣ ਅਣਜਾਣ ਬਣਦੀ ਆ ਨਾ, ਤੈਨੂੰ ਕੀ ਲੱਗਦਾ, ਮੈਨੂੰ ਪਤਾ ਹੀ ਨਹੀਂ ਨਾ। ਕੀ ਗੱਲ ਹੋ ਗਈ ਭਾਬੀ, ਐਵੇਂ ਕਾਹਤੋਂ ਬੋਲੀ ਜਾਂਦੀ ਮਨਪ੍ਰੀਤ ਨੂੰ, ਕੀ ਗਲਤੀ ਕਰਤੀ ਉਹਨੇ। ਇਹਨੂੰ ਪੁੱਛ ਬਈ ਜਿਹਨੇ ਗਲਤੀ ਕਰੀ ਆ, ਨਾਲੇ ਮੈਂ ਕਿਹੜਾ ਝੂਠ ਬੋਲਦੀ ਆ, ਸੱਚ ਬੋਲਦੀ ਆ। ਓਏ ਹੈਲੋ, ਤੇਰਾ ਦਿਮਾਗ ਤਾਂ ਨਹੀਂ ਹਿੱਲ ਗਿਆ, ਇਹਨੂੰ ਵਿਚਾਰੀ ਨੂੰ ਕੀ ਬੋਲੀ ਜਾਂਦੀ ਆ, ਕੀ ਗਲਤੀ ਕਰੀ ਇਹਨੇ ਵਿਚਾਰੀ ਨੇ। ਤੁਹਾਨੂੰ ਨਹੀਂ ਪਤਾ, ਸਾਰਾ ਕੁਝ ਤਾਂ ਇਹਦਾ ਹੀ ਕੀਤਾ ਕਰਾਇਆ, ਇਹਨੇ ਜਾਣ ਕੇ ਰਸੋਈ 'ਚ ਤੇਲ ਡੋਲਿਆ ਅਤੇ ਮੇਰਾ ਪੈਰ ਤਿਲਕਿਆ ਅਤੇ ਮੇਰਾ ਜਵਾਕ। ਪਰ ਦੀਦੀ ਮੈਂ ਕਦੋਂ ਰਸੋਈ 'ਚ ਗਈ ਹਾਂ, ਮੈਂ ਤਾਂ ਅੰਦਰ ਸੁੱਤੀ ਪਈ ਸੀ ਜਦੋਂ ਤੁਸੀਂ ਡਿੱਗੇ ਹੋ, ਮੈਨੂੰ ਤਾਂ ਇਹ ਵੀ ਨਹੀਂ ਪਤਾ ਵੀ ਤੁਸੀਂ ਡਿੱਗੇ ਕਿਵੇਂ ਹੋ। ਬਸ ਕਰ ਮਨਪ੍ਰੀਤ, ਝੂਠ ਨਾ ਬੋਲ, ਸਾਰਾ ਪਤਾ ਮੈਨੂੰ ਤੇਰੀਆਂ ਕਰਤੂਤਾਂ ਦਾ, ਗਲਤੀਆਂ ਤੂੰ ਕਰਦੀਆਂ ਅਤੇ ਭੁਗਤਣੀਆਂ ਮੈਨੂੰ ਪੈਂਦੀਆਂ ਨੇ, ਅਤੇ ਸ਼ੁਰੂ ਤੋਂ ਹਰੇਕ ਕੰਮ 'ਚ ਤੂੰ ਲਾਪਰਵਾਹੀ ਵਰਤਦੀ ਆ ਅਤੇ ਹਰੇਕ ਥਾਂ 'ਤੇ ਤੇਰੀ ਗਲਤੀ ਹੁੰਦੀ ਆ ਅਤੇ ਭੁਗਤਣੀ ਮੈਨੂੰ ਪੈਂਦੀ ਆ। ਪਰ ਦੀਦੀ
की पर तेरे वर्गा बेपरवाह इंसान ना मैं पहली बार वेख्या ना जे घट्टो घट तेल तेरे तो डुल गया सी तो साबता कर सकती सी पर महाराणी नू फोन ते किताबा चो बेल मिले ना फेर ही आ। पर दीदी तुसी मेरा यकीन तो करो मैं तुनू कही तो जानी हूं भी मैं तो रसोई च गई नहीं फिर वो तेल किवें डुलिया मैनू सच्ची नहीं पता दीदी। बस कर मनप्रीत मेरे नाल ना बहस ना कर ते नाले मेरी गल सुन उस दिन तेरे ते मेरे तो बिना ना इस घर च कोई नहीं सी कोई बारों आके डोल गया तेल। ओए मेरी गल सुन यार हुण इह तेल डोलूगी यार तेरा दिमाग मैनू लगदा सच्ची फिर गया। हां डोले है ने मैं तो थोनू अज तक ना गल दसी भी नहीं जेड़ियां करतूतां इह करदी फिरदी आ। दीदी सच्ची मेरे ते यकीन करो मैं इहो जिहा कुछ नहीं कीता। बस कर मनप्रीत बस कर आ रोण दा ना ड्रामा जाना कर मेरे कोले मैनू सारा पता है उपर उपर दिखावे करदी आ ते अंदरों तां तू बहुत खुश होएगी ना। दीदी मैनू सौण लगे थोड़ी मैं सच्ची नहीं गई और सोई च। भाभी एवं क्यों गुस्से ना बोली जानी है जो मनप्रीत कही जाती है मेरा कोई कसूर नहीं तेनू कोई गलत फहमी हुई होनी वह बेचारी ने क्यों तेल डोलना है। तेनू यह खेड़ लगती है तारी पर मैनू पुछ के देख ना भी मैं किन्नी दुखी हाँ मैं तो सोचती सी भी गल नू लुको के रख ला सबर का घुट भर ला पर नहीं अज मेरा सबर का बन टुट गया। ना की सबर का बन टुट गया जिहड़ा मूँह चाने उही बोली जानी है तू तेनू की लगता तू ही दुखी है असी दुखी नहीं है साडा जवाक नहीं दियो है तेन तो यह लगता भी बस ये मैं धक्का मार के डेगता इन्हें तो यार माड़ा मोटा तो सोच भी तेनू यह डेगूगी। मेरी तो कोई सुनता ही नहीं इतने ना जिदी गलती है उन्होंने भी कुछ बोलो सारे मेरे पिछे पै रहे ने। ओ यार तेरी गलती थोड़ा कहने असी फिर तू तो यार पता नहीं की कही इन्हें मैं समझ तो बाहर हो यार नहीं यकीन करना ना करो पर मैनू तो पता है ना ले भाभी गल समझते होंगे ने। दीदी रोटी नहीं खादी यार मैं रोटी खवान की कोशिश करता थी हूं साला आप बोल तू सफर कितो पै गया यार आपां भी पता बई दुख होंगे कि इनू नहीं होंगे दुख पर इहदा मतलब ये तो नहीं है यार परिवार च फर्क पावांगे इहदा कसूर की है बेचारी का। पर हुण तां गल कहना यार मैनू दुख नहीं है मेरे जवाक का यार उहनू कल्ली नूं दुख है यार नाले किवें मन लग गई इहनें तेल डोलिया इह जद देखूगी यार उहनू यार इह माड़ा मोटा तां सोचे यार सगियां भैणां ने कोई बगानी होवे तां वी बंदा कह दे। तारी मैनूं सच्ची सौण लगे मैं कुछ नहीं कीता दीदी फिर भी मैनू बिना वजह तो किन्ना कुछ बोल के गया। तो मनप्रीत रोनी क्यों है सानू पता कोई बैरी तो बैरी उन्होंने क्यों डेगदा होंदा फिर तो तेरी भलण है क्यों भाई कोई डेगदा कोई यार कोई आ यार ओही दा गल है भाई आपां नूं पता है यार बिनू चलना औखा पर आए नहीं करीदा होंदा ना जिवें ओह करी जांदी आ। गल गुस्से दी नहीं भाई मैनू भी पता भी दीदी दुखी आ दीदी तो ज्यादा किते दुखी तां मैं आ मैनू कहड़ा चा नहीं सीगा मेरा भी कोई भांजा भांजी होगा मेनू मासी मासी क्या करूगा जिदे दा कुछ होया ना दीदी नाल सच्ची मेरा जमा मूड नहीं ठीक गा मैं तो आप बथेरी दुखी हां। चल कोई ना मनप्रीत छड़ दे इस गल नू तेरी बड़ी भैन की कह गई कहा गई माफ कर दे उनू जाओ यार अपना काम कर लो यार। जा मनप्रीत तू कपड़े कपड़े बदल ले नाले सब्जी सूजी कट ले चटनी दा कणू रगड़ी जाना भाई जब मिनट मार भाभी आराम कर लू एवं मन खराब है तां बोल जांदी है कोई नहीं काम तो मैं कर लेनी हूं साला यार आ नहीं पता थी भी ऐसा तेनू भी देखना पड़ेगा। चल भाई जेड़ा किस्मत च ही बन गया यार हुण अपना केड़ा दस हाथ च फड़या पर ओही दा गल है यार तू हो गया कर गया यार रब नूं मंजूरती जो हो गया यार ऐ थोड़ी होंदा होंदा भी यार किसी दा इल्जाम ला दो पता नहीं की हो रहा कंजर जी नूं। चल भाई हुण तू आपदा मन खराब क्यों करदा यार चल चक्का साम समान जा खेत गेड़ा मारे आने नाले और इमा हां आ मड़ा जा सिर दबी यार दुखी आंदा सिर नु की दोष है पुत्त तेरे नु सारा दिन तो नशे च टक्या रहना सिर दुखना ही हैगा मननी तो है नहीं किसी दी गल नाले मेरी गल सुन ਸਵੇਰੇ ਮੈਂ ਤਾਂ ਉਹਨਾਂ ਦੇ ਮਹਿੰਦਰ ਕੇ ਭੋਗ ਤੇ ਜਾਊਂ ਬਈ ਸਵੇਰੇ ਸੁਨੇਹਾ ਚੰਗਾ 5 ਵਜੇ ਫਿਰ ਭਾਗ ਜੀ ਮੈਨੂੰ ਕੀ ਦੱਸਦੀ ਐ
ਬੇ ਤਾਂ ਦੱਸਦੀ ਆ ਉਹ ਲਾਪਰੀਤ ਕੇ 2000 ਰੁਪਿਆ ਫੜਾ ਕੇ ਆਣਾ ਉੱਥੇ ਮੈਂ ਬੈੱਡ ਦੇ ਗਦੈਲੇ ਥੱਲੇ ਰੱਖਤਾ ਫੜਾਇਆ ਹੀ ਚੰਗਾ ਕੋਈ ਗੱਲ ਨਹੀਂ ਫੜਾਇਆਉਂਗਾ ਨਾਲੇ ਆਇਆ ਨਾ ਹੋਵੇ ਵੀ ਕਿਤੇ ਆਪ ਹੀ ਰਾਹ ਚ ਛੱਕ ਜੇ ਹਾਂ ਹੋਰ ਅਗਲੇ ਬੈਠੇ ਚੱਕਣ ਉਹ ਯਾਰ ਮੈਂ ਸਾਰਾ ਦਿਨ ਨਾ ਤੂੰ ਇਹੋ ਜਿਹੀਆਂ ਗੱਲਾਂ ਨਾ ਕਰ ਤੈਨੂੰ ਮੇਰੇ ਤੇ ਯਕੀਨ ਨਹੀਂ ਹੈਗਾ ਯਾਰ ਮੈਂ ਫੜਾਇਆ ਹੂੰ ਵੀ ਜੇ ਯਕੀਨ ਨਹੀਂ ਨਿਕਿਆ ਤਾਂ ਹੀ ਕਹਿਨੀ ਆ ਮੈਨੂੰ ਪਤਾ ਹੀ ਹੈ ਤੇਰਾ ਹੁਣ ਤੈਨੂੰ ਭੁੱਲੀ ਆ ਮੈਂ ਚੱਲ ਚੰਗਾ ਬਾਲ ਪੱਟਣਾ ਨਹੀਂ ਤਾਂ ਮੈਂ ਅਗਲੇ ਦੇ ਆਪ ਹੀ ਫੜਾ ਆਉਂਦੀ ਕੱਲ ਕਰ ਹੁਣ ਅਗਲੀਆਂ ਕਹਿ ਗਈਆਂ ਭਾਈ ਸਵੇਰੇ 5 ਵਜੇ ਸੁਨੇਹਾ ਆ ਜੀ ਹੁਣ ਤੈਨੂੰ ਪਤਾ ਜਾਏ ਬਿਨਾ ਵੀ ਨਹੀਂ ਸਰਦਾ ਸਾਰਾ ਦਿਨ ਅਗਲਾ ਮੂੰਹ ਮੱਥੇ ਲੱਗਦਾ ਨਾਲੇ ਅਗਲੀਆਂ ਨੇ ਕਹਿਣਾ ਜਦ ਤਾਂ ਮੁੰਡਿਆਂ ਦੇ ਵਿਆਹ ਸੀ ਲੱਡੂ ਖਾਣੇ ਸੀ ਉਦੋਂ ਤਾਂ ਉਹਦੀਆਂ ਆ ਜਾਂਦੀ ਸੀ ਹੁਣ ਭੋਗ ਤੇ ਰੋਟੀਆਂ ਪਕਾਉਣੀਆਂ ਹੁਣ ਟਲ ਗਈ ਮੈਨੂੰ ਤਾਂ ਜਾਣਾ ਹੀ ਪਊਗਾ ਕੋਈ ਨਾ ਫੜਾ ਹਾਂ ਲੈ ਬਸ ਬਥੇਰਾ ਮਲਤਾ ਸਿਰ ਤਾਂ ਮੈਂ ਹੁਣ ਤੇਰਾ ਜਾਂ ਰੋਟੀ ਪੱਕੀ ਪਈ ਹੈ ਚੱਕ ਕੇ ਖਾ ਲੈ ਮੇਰਾ ਪੁੱਤ ਸ਼ੇਰ ਆਪ ਨਾ ਕਦੇ ਕਿਸੇ ਕੰਮ ਨੂੰ ਹੱਥ ਪਾਈ ਹੈ ਨਾ ਰੋਟੀ ਵੀ ਨਹੀਂ ਚੱਕ ਕੇ ਖਾ ਸਕਦਾ ਲਿਆ ਦਿੰਦੀ ਹਾਂ ਦੀਦੀ ਆਲੋ ਰੋਟੀ ਖਾ ਲਓ ਤੁਸੀਂ 2 ਦਿਨ ਹੋ ਗਏ ਰੋਟੀ ਨਹੀਂ ਖਾਧੀ ਤੈਨੂੰ ਨਾ ਮੇਰੇ ਹਿਜ ਕਰਨ ਦੀ ਲੋੜ ਨਹੀਂ ਮੈਂ ਕੋਈ ਜਵਾਖੜੀ ਨਹੀਂ ਹੈਗੀ ਜੇ ਮੈਂ ਰੋਟੀ ਖਾਣੀ ਹੋਈ ਨਾ ਖੜੀ ਹੋ ਕੇ ਆਪੇ ਖਾ ਲੂੰਗੀ ਆ ਮੇਰੇ ਖਾਤਰ ਖੇਚਲ ਕਰਨ ਦੀ ਕੋਈ ਲੋੜ ਨਹੀਂ ਦੇਖੀ ਭੈਣੇ ਆਏਗਾ ਤੂੰ ਕਰੀ ਜਾਂਦੀ ਹੈ ਜੋ ਕੁਛ ਵੀ ਤੇਰੇ ਨਾਲ ਹੋਇਆ ਉਹਦੇ 'ਚ ਭਲਾ ਮੇਰਾ ਕੀ ਕਸੂਰ ਹੈ ਤੂੰ ਮੇਰੇ ਨਾਲ ਕਾਹਤੋਂ ਗੁੱਸੇ ਹੋਈ ਜਾਂਦੀ ਹੈ ਜੋ ਕੁਛ ਵੀ ਹੋਇਆ ਨਾ ਉਹ ਇੱਕ ਤੇਰੇ ਕਰਕੇ ਹੋਇਆ ਮੈਨੂੰ ਐਂ ਤਾਂ ਦੱਸ ਦੇ ਵੀ ਮੈਂ ਤੇਰਾ ਕਦੇ ਕੁਛ ਮਾੜਾ ਕੀਤਾ ਜਿਹੜਾ ਤੂੰ ਮੇਰੇ ਨਾਲ ਇੰਨਾ ਮਾੜਾ ਕਰ ਗਈ ਦੀਦੀ ਮਾੜਾ ਤਾਂ ਮੈਂ ਵੀ ਕੁਛ ਨਹੀਂ ਕੀਤਾ ਤੁਹਾਡੇ ਨਾਲ ਮੈਨੂੰ ਵੀ ਦੱਸ ਦਿਓ ਵੀ ਮੈਂ ਇਹੋ ਜਿਹਾ ਕਰ ਕੀ ਦਿੱਤਾ ਦੇਖ ਮਨਪ੍ਰੀਤ ਮੈਂ ਤੈਨੂੰ ਪਹਿਲਾਂ ਵੀ ਬਹੁਤ ਵਾਰ ਦੱਸਦਾ ਵੀ ਤੂੰ ਮੇਰਾ ਕੀ ਮਾੜਾ ਕਰਿਆ ਤੇ ਨਾਲੇ ਨਾ ਮੇਰੇ ਕਮਰੇ 'ਚ ਹੁਣ ਨਿਕਲ ਜਾ ਅਤੇ ਦੁਬਾਰੇ ਇੱਥੇ ਆਉਣ ਦੀ ਨਾ ਕੋਈ ਲੋੜ ਨਹੀਂ ਦੀਦੀ ਤੁਸੀਂ ਜੋ ਕੁਛ ਮਰਜ਼ੀ ਬੋਲੀ ਜਾਓ ਮੈਨੂੰ ਪਰ ਜਿੰਨਾ ਟਾਈਮ ਤੁਸੀਂ ਆਹ ਰੋਟੀ ਨਹੀਂ ਨਾ ਖਾਂਦੇ ਉਹਨਾਂ ਟਾਈਮ ਮੈਂ ਤੁਹਾਡੇ ਕਮਰੇ 'ਚੋਂ ਬਾਹਰ ਨਹੀਂ ਜਾਂਦੀ ਤੂੰ ਰੋਟੀ ਰੱਖ ਦੇ ਮੈਂ ਆਪੇ ਖਾ ਲੂੰ ਪਰ ਮੈਂ ਨਾ ਤੇਰੀ ਸ਼ਕਲ ਨਹੀਂ ਵੇਖਣਾ ਚਾਹੁੰਦੀ ਚੁੱਪ ਕਰਕੇ ਮੇਰੇ ਕਮਰੇ 'ਚੋਂ ਵਗ ਜਾ ਨਹੀਂ ਦੀਦੀ ਮੈਂ ਰੋਟੀ ਰੱਖ ਕੇ ਨਹੀਂ ਜਾਣੀ ਮੈਨੂੰ ਪਤਾ ਤੁਸੀਂ ਬਾਅਦ 'ਚੋਂ ਖਾਣੀ ਨਹੀਂ ਹੈਗੀ ਤੁਸੀਂ ਨਾ ਮੇਰੇ ਹੱਥ ਨਾਲ ਰੋਟੀ ਖਾਓ ਆਲੋ ਮਨਪ੍ਰੀਤ ਤੈਨੂੰ ਮੈਂ ਕਹਿ ਤਾ ਨਾ ਇੱਕ ਵਾਰੀ ਮੈਂ ਰੋਟੀ ਨਹੀਂ ਖਾਣੀ ਨਹੀਂ ਖਾਣੀ ਤੂੰ ਵੀ ਨਾ ਜਿੱਦ ਦੀ ਬਹੁਤ ਪੱਕੀ ਆ ਦੀਦੀ ਮੈਨੂੰ ਨਹੀਂ ਪਤਾ ਮੈਂ ਤੁਹਾਨੂੰ ਕਹਿ ਤਾ ਨਾ ਵੀ ਮੈਂ ਤੁਹਾਨੂੰ ਰੋਟੀ ਖਵਾ ਕੇ ਜਾਣੀ ਆ ਤਾਂ ਲੋ ਖਾ ਲੋ ਪਰਾਂ ਕਰੇ ਨੂੰ ਜੋ ਕਹਿ ਤਾ ਮੈਂ ਨਹੀਂ ਖਾਣੀ ਨਹੀਂ ਖਾਣੀ ਪਰ ਦੀਦੀ ਪਰ ਪੁਰ ਕੋਈ ਨਹੀਂ ਮੈਨੂੰ ਪਤਾ ਤੂੰ ਬਹੁਤ ਜਿੱਦ ਦੀ ਪੱਕੀ ਆ ਤੂੰ ਐ ਨਹੀਂ ਨਾ ਮੰਨਣਾ ਚੱਲ ਦੀਦੀ ਚੱਲ ਚੱਲ ਨਿਕਲ ਇੱਥੋਂ ਤੇ ਦੁਬਾਰੇ ਮੇਰੇ ਕਮਰੇ 'ਚ ਵੇਖਣ ਦੀ ਨਾ ਲੋੜ ਵੀ ਨਹੀਂ ਕਿਉਂ ਦੀਦੀ ਦੇ ਦਿਲ 'ਚ ਮੇਰੇ ਲਈ ਇੰਨੀ ਨਫ਼ਰਤ ਕਿਉਂ ਹੋ ਗਈ ਆ ਦੀਦੀ ਨੂੰ ਮੇਰੀ ਗੱਲ 'ਤੇ ਯਕੀਨ ਕਿਉਂ ਨਹੀਂ ਹੋ ਰਿਹਾ ਵੀ ਮੈਂ ਇਹ ਸਾਰਾ ਕੁਛ ਨਹੀਂ ਕੀਤਾ ਫਿਰ ਵੀ ਮੈਨੂੰ ਕਿਉਂ ਕਸੂਰਵਾਰ ਮੰਨੀ ਬੈਠੇ ਹਾਂ ਦੀਦੀ